ਯੂਐਸਏ ਦੀ ਐਂਬੈਸੀ ਵਿੱਚ ਉਸ ਵੇਲੇ ਬੋਲੇ ਸੋਹਣੇ ਹਾਲ ਦੀ ਜਕਾਰੇ ਲੱਗਣ ਲੱਗੇ ਜਦੋਂ ਬਿਨਾਂ ਕਾਗਜ਼ਾਂ ਦੇ ਇੱਕ ਸਿੱਖ ਨੂੰ ਯੂਐਸਏ ਦਾ ਵੀਜ਼ਾ ਮਿਲ ਗਿਆ। ਅਜਿਹਾ ਚਮਤਕਾਰ ਵਰਤਿਆ ਕਿ ਗੋਰਾ ਅਫਸਰ ਵੀ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪਿਆ। ਜਾਣੋ ਅਜਿਹਾ ਕੀ ਹੋਇਆ ਯੂਐਸਏ ਐਂਬੈਸੀ ਵਿੱਚ। ਸਤਬੀਰ ਸਿੰਘ ਅੰਮ੍ਰਿਤਸਰ ਦੇ ਰਹਿਣ ਵਾਲੇ ਸਨ। ਉਹਨਾਂ ਦਾ ਪਰਿਵਾਰ ਗੁਰਸਿੱਖ ਪਰਿਵਾਰ ਹੈ। ਘਰ ਵਿੱਚ ਗਰੀਬੀ ਸੀ ਪਰ ਬੱਚੇ ਪੜ੍ਹ ਲਿਖ ਗਏ। ਪੜ੍ਹਨ ਲਿਖਣ ਦੇ ਬਾਵਜੂਦ ਵੀ ਉਹਨਾਂ ਨੂੰ ਵਧੀਆ ਨੌਕਰੀ ਨਹੀਂ ਮਿਲੀ, ਜਿਸ ਕਾਰਨ ਉਹ ਇੱਕ ਪ੍ਰਾਈਵੇਟ ਜੌਬ ਕਰਨ ਲੱਗ ਪਏ, ਜਿਸ ਕਾਰਨ ਬਸ ਘਰ ਦਾ ਖਰਚਾ ਹੀ ਮਸਾਂ ਨਿਕਲਦਾ ਸੀ। ਸਤਬੀਰ ਸਿੰਘ ਆਪ ਅੰਮ੍ਰਿਤਸਰ ਵਿਖੇ ਆਟੋ ਚਲਾਉਂਦੇ ਸਨ। ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਭੈਣ ਬਾਹਰ ਯੂਐਸਏ ਰਹਿੰਦੀ ਹੈ ਅਤੇ ਉਸਨੇ ਪਹਿਲਾਂ ਕਈ ਟਾਈਮ ਤੋਂ ਸਾਰੇ ਪਰਿਵਾਰ ਦੇ ਕਾਗਜ਼ ਬਣਵਾਏ ਹੋਏ ਸਨ। ਵੀਜ਼ੇ ਲਈ ਅਪਲਾਈ ਵੀ ਕੀਤਾ ਹੋਇਆ ਸੀ ਪਰ ਗੱਲ ਨਹੀਂ ਬਣੀ। ਮੇਰੀ ਉਮਰ ਤਾਂ ਲੰਘ ਚੁੱਕੀ ਸੀ ਪਰ ਬੱਚੇ ਵੀ ਆਪਣੀ ਜ਼ਿੰਦਗੀ ਤੋਂ ਤੰਗ ਸਨ। ਵਧੀਆ ਜੌਬ ਨਾ ਮਿਲਣ ਕਰਕੇ ਘਰ ਦਾ ਗੁਜ਼ਾਰਾ ਹੀ ਮਸਾਂ ਚੱਲਦਾ ਸੀ ਤਾਂ ਪਿੱਛੇ ਕਿ ਜਿਹੇ ਲੋਕਡਾਊਨ ਵਿੱਚ ਮੇਰੇ ਦੋਹਾਂ ਬੱਚਿਆਂ ਦੀ ਨੌਕਰੀ ਵੀ ਚੱਲ ਗਈ ਅਤੇ ਮੁੜ ਕੇ ਉਹਨਾਂ ਨੂੰ ਨੌਕਰੀ ਨਹੀਂ ਮਿਲੀ। ਮੇਰੀ ਬੱਚੀ ਘਰ ਰਹਿਣ ਕਰਕੇ ਪਰੇਸ਼ਾਨ ਹੋਣ ਲੱਗੀ ਅਤੇ ਮੇਰਾ ਲੜਕਾ ਵੀ ਗਲਤ ਸੰਗਤ ਵਿੱਚ ਪੈਣ ਕਰਕੇ ਨਸ਼ਿਆਂ ਵੱਲੋਂ ਲੱਗਣ ਲੱਗ ਪਿਆ। ਮੇਰੇ ਘਰ ਦੀ ਹਾਲਤ ਮੇਰੇ ਤੋਂ ਦੇਖੀ ਨਾ ਗਈ। ਮੈਂ ਰੋਜ਼ ਦਰਬਾਰ ਸਾਹਿਬ ਜਾਂਦਾ, ਉੱਥੇ ਜਪਜੀ ਸਾਹਿਬ ਦਾ ਪਾਠ ਕਰਦਾ ਅਤੇ ਅਰਦਾਸ ਕਰਦਾ। ਮੈਂ ਕਿਸੇ ਤਰ੍ਹਾਂ ਆਪਣੇ ਬੱਚੇ ਨੂੰ ਨਸ਼ਿਆਂ ਵੱਲੋਂ ਮੋੜ ਲਿਆਂਦਾ ਅਤੇ ਗੁਰਬਾਣੀ ਵਾਲੇ ਪਾਸੇ ਲਗਾ ਦਿੱਤਾ। ਫਿਰ ਸਵੈ ਪਰਿਵਾਰ ਦੇ ਨਾਲ ਦਰਬਾਰ ਸਾਹਿਬ ਵਿਖੇ ਜਾਣਾ, ਜਪਜੀ ਸਾਹਿਬ ਦਾ ਪਾਠ ਕਰਕੇ ਅਰਦਾਸ ਕਰਨੀ। ਉੱਥੇ ਇੱਕ ਗੁਰਸਿੱਖ ਦੇ ਕਹਿਣ ਦੇ ਉੱਤੇ ਅਸੀਂ ਰਾਤ ਨੂੰ ਟਿੱਕਿਆਂ ਦੀ ਰੇਹੜੀ ਲਾਉਣ ਲੱਗੇ, ਜਿਸ ਕਾਰਨ ਪਰਿਵਾਰ ਨੂੰ ਇੱਕ ਕੰਮ ਮਿਲਿਆ ਅਤੇ ਸਾਰਾ ਪਰਿਵਾਰ ਕੰਮ ਦੇ ਵਿੱਚ ਬਿਜ਼ੀ ਹੋ ਗਿਆ। ਹੌਲੀ ਹੌਲੀ ਸਮਾਂ ਬੀਤਦਾ ਗਿਆ ਅਤੇ ਇੱਕ ਦਿਨ ਯੂਐਸਏ ਐਂਬੈਸੀ ਤੋਂ ਇੰਟਰਵਿਊ ਲਈ ਇਨਵੀਟੇਸ਼ਨ ਆਇਆ। ਸਾਰੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਦੌੜ ਪਈ। ਫਿਰ ਅਸੀਂ ਸਾਰੇ ਪਰਿਵਾਰ ਨੇ ਆਪਣੇ ਪਾਸਪੋਰਟ ਕਾਗਜ਼ ਪੱਤਰ ਸਭ ਇਕੱਠੇ ਕੀਤੇ ਅਤੇ ਯੂਐਸਏ ਐਂਬੈਸੀ ਨੂੰ ਤੁਰ ਪਏ। ਜਦੋਂ ਅਸੀਂ ਯੂਐਸਏ ਐਂਬੈਸੀ ਜਾਂਦੇ ਹਾਂ ਤਾਂ ਸਾਡੇ ਕੋਲ ਡਾਕੂਮੈਂਟ ਅਤੇ ਪਾਸਪੋਰਟ ਓਰੀਜਨਲ ਹੋਣੇ ਚਾਹੀਦੇ ਹਨ, ਜਿਵੇਂ ਕਿ ਪਾਸਪੋਰਟ ਅਤੇ ਰੈਜ਼ੀਡੈਂਸੀ ਪਰੂਫ ਸਾਡੇ ਤੋਂ ਓਰੀਜਨਲ ਹੋਣਾ ਚਾਹੀਦਾ ਹੈ। ਸੋ ਇਹ ਦੋਨੇ ਚੀਜ਼ਾਂ ਸਾਡੇ ਤੋਂ ਓਰੀਜਨਲ ਹੋਣਾ ਬਹੁਤ ਜ਼ਰੂਰੀ ਸੀ। ਜਦੋਂ ਅਸੀਂ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ ਤਾਂ ਮੈਨੂੰ ਪਤਾ ਲੱਗਾ ਕਿ ਮੇਰਾ ਰੈਜ਼ੀਡੈਂਸ ਪਰੂਫ ਮੇਰੇ ਤੋਂ ਨਹੀਂ ਹੈ। ਮੈਂ ਬਾਕੀ ਡਾਕੂਮੈਂਟ ਵੀ ਚੈੱਕ ਕੀਤੇ ਪਰ ਮੈਨੂੰ ਨਹੀਂ ਮਿਲਿਆ। ਇਹ ਸਭ ਦੇਖ ਕੇ ਸਾਰਾ ਪਰਿਵਾਰ ਬਹੁਤ ਪਰੇਸ਼ਾਨ ਹੋ ਗਿਆ। ਸਾਰਾ ਪਰਿਵਾਰ ਇਹ ਸੋਚਣ ਲੱਗਾ ਕਿ ਇੰਨੇ ਚਿਰ ਬਾਅਦ ਯੂਐਸਏ ਦਾ ਕੰਮ ਬਣਿਆ ਹੈ ਅਤੇ ਇਸ ਇੱਕ ਗਲਤੀ ਕਰਕੇ ਸਾਰਾ ਕੰਮ ਨਾ ਖਰਾਬ ਹੋ ਜਾਵੇ। ਘਰ ਵਿੱਚ ਵੀ ਕੋਈ ਨਹੀਂ ਸੀ ਅਤੇ ਇੰਨੀ ਜਲਦੀ ਕੋਈ ਰੈਜ਼ੀਡੈਂਸ ਪਰੂਫ ਲੈ ਕੇ ਨਹੀਂ ਆ ਸਕਦਾ ਸੀ। ਸਮਾਂ ਘੱਟ ਸੀ ਅਤੇ ਸਿਰਫ ਫੋਟੋ ਦੇ ਨਾਲ ਕੰਮ ਨਹੀਂ ਬਣ ਸਕਦਾ ਸੀ। ਉੱਥੇ ਅਸੀਂ ਹੋਰ ਬੰਦਿਆਂ ਨਾਲ ਗੱਲ ਕੀਤੀ ਅਤੇ ਉਹਨਾਂ ਨੇ ਕਿਹਾ ਕਿ ਤੁਹਾਡਾ ਕੰਮ ਕੈਂਸਲ ਨਹੀਂ ਹੋਵੇਗਾ, ਅਸੀਂ ਤੁਹਾਨੂੰ 2 ਤਰੀਕ ਦਾ ਸਮਾਂ ਦੇ ਦਿੰਦੇ ਹਾਂ, ਤੁਸੀਂ ਆਪਣਾ ਰੈਜ਼ੀਡੈਂਸ ਪਰੂਫ ਲੈ ਆਓ। ਇਹ ਸਭ ਸੁਣ ਕੇ ਵੀ ਮੇਰੇ ਮਨ ਨੂੰ ਤਸੱਲੀ ਨਹੀਂ ਹੋ ਰਹੀ ਸੀ, ਇਸ ਕਰਕੇ ਮੈਂ ਆਪਣੇ ਸਾਰੇ ਪਰਿਵਾਰ ਨੂੰ ਇਕੱਠਿਆਂ ਕੀਤਾ ਅਤੇ ਕਿਹਾ ਕਿ ਅਸੀਂ ਜਪਜੀ ਸਾਹਿਬ ਦਾ ਸਹਾਰਾ ਲੈਣਾ ਹੈ। ਸਾਰੇ ਪਰਿਵਾਰ ਨੇ ਰਲ ਕੇ ਜਪਜੀ ਸਾਹਿਬ ਦਾ ਪਾਠ ਕੀਤਾ ਅਤੇ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਕਿ ਇਸ ਔਖੀ ਘੜੀ ਵਿੱਚ ਸਾਡੀ ਮਦਦ ਕਰੋ। ਫਿਰ ਜਦੋਂ ਸਾਡੀ ਭਾਰੀ ਆਈ, ਉਹਨਾਂ ਨੇ ਸਾਡਾ ਪਾਸਵਰਡ ਮੰਗਿਆ ਅਤੇ ਕ੍ਰੋਸ ਚੈਕਿੰਗ ਕਰਨ ਲੱਗੇ। ਅਸੀਂ ਆਪਣੇ ਸਾਰੇ ਡਾਕੂਮੈਂਟ ਦੇ ਚੁੱਕੇ ਸੀ ਅਤੇ ਅਚਾਨਕ ਉਹਨਾਂ ਦਾ ਸਰਵਰ ਡਾਊਨ ਹੋ ਗਿਆ। ਬਹੁਤ ਜ਼ਿਆਦਾ ਕੋਸ਼ਿਸ਼ ਕਰਨ ਤੋਂ ਬਾਅਦ ਵੀ ਉਹਨਾਂ ਦਾ ਸਰਵਰ ਨਾ ਚੱਲਿਆ। ਅਸੀਂ ਆਪਣੇ ਸਭ ਡਾਕੂਮੈਂਟਸ ਅਤੇ ਪਾਸਵਰਡ ਦੇ ਚੁੱਕੇ ਸਨ, ਬਸ ਸਾਡਾ ਰੈਸੀਡੈਂਸ ਪਰੂਫ ਹੀ ਰਹਿ ਗਿਆ ਸੀ। ਅੱਧਾ ਘੰਟਾ ਕੋਸ਼ਿਸ਼ ਕਰਨ ਤੋਂ ਬਾਅਦ ਉਹਨਾਂ ਦਾ ਸਰਵਰ ਨਾ ਚੱਲਿਆ। ਇਹ ਸਭ ਵੇਖ ਕੇ ਐਂਬੈਸੀ ਦਾ ਆਫਿਸਰ ਬਾਹਰ ਆਇਆ ਅਤੇ ਉਸਨੇ ਕਿਹਾ ਕਿ ਇਹਨਾਂ ਦੇ ਸਭ ਡਾਕੂਮੈਂਟਸ ਇਹਨਾਂ ਤੋਂ ਲੈ ਲਓ ਅਤੇ ਇਹਨਾਂ ਨੂੰ ਇੰਟਰਵਿਊ ਲਈ ਭੇਜ ਦਿਓ। ਰੈਜ਼ੀਡੈਂਸ ਪਰੂਫ ਤਾਂ ਉਹਨਾਂ ਨੇ ਮੰਗਿਆ ਹੀ ਨਹੀਂ ਅਤੇ ਇਹ ਸਭ ਵੇਖ ਕੇ ਮੈਂ ਬਾਹਰ ਆਇਆ ਅਤੇ ਮੇਰੀਆਂ ਅੱਖਾਂ ਪਾਣੀ ਨਾਲ ਭਰੀਆਂ ਹੋਈਆਂ ਸਨ ਅਤੇ ਇਹ ਸੋਚਣ ਲੱਗਾ ਕਿ ਉਸ ਪਰਮਾਤਮਾ ਦੀ ਤਾਕਤ ਅੱਗੇ ਹੋਰ ਕਿਸੇ ਦੀ ਤਾਕਤ ਨਹੀਂ ਚੱਲਦੀ। ਉਹ ਇਕੱਲਾ ਹੀ ਸ਼ਕਤੀਵਾਨ ਹੈ, ਉਸਦੇ ਵਰਗਾ ਤਾਕਤਵਰ ਹੋਰ ਕੋਈ ਨਹੀਂ। ਸਾਡੀ ਸਿਰਫ ਇੱਕ ਆਵਾਜ਼ ਮਾਰਨ 'ਤੇ ਉਸਨੇ ਸਾਡੀ ਮਦਦ ਕਰ ਦਿੱਤੀ। ਵਾਕਿਆ ਪਰਮਾਤਮਾ ਹਰੇਕ ਮਨੁੱਖ ਦੇ ਅੰਗ ਸੰਗ ਹੈ, ਬਸ ਮਹਿਸੂਸ ਕਰਨ ਦੀ ਦੇਰ ਹੈ।